ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਜਿਸ ਨੇ ਬਹੁਤ ਹੀ ਛੋਟੀ ਉਮਰ ਵਿੱਚ ਇੱਕ ਬਹੁਤ ਹੀ ਵੱਡਾ ਮੁਕਾਮ ਹਾਸਲ ਕੀਤਾ ਹੈ, ਉਹ ਵੀ ਆਪਣੀ ਮਿਹਨਤ ਸਦਕਾ ਅਤੇ ਆਪਣੇ ਹੁਨਰ ਸਦਕਾ। ਅਸੀਂ ਲੈ ਕੇ ਚੱਲ ਰਹੇ ਤੁਹਾਨੂੰ ਗੁਰੂ ਨਾਨਕ ਆਰਟ ਪੰਜਾਬ, ਜੋ ਕਿ ਪਿੰਡ ਜਲਾਲ ਦੀਵਾਲ ਨੇੜੇ ਬੰਗਾਲੀ ਪੈਟਰੋਲ ਪੰਪ ਰਾਏਕੋਟ ਲੁਧਿਆਣਾ ਵਿਖੇ ਸਥਿਤ ਹੈ। ਇੱਥੇ ਗੁੰਬਦ ਅਤੇ ਪਾਲਕੀਆਂ ਫਾਈਬਰ ਗਲਾਸ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ। ਇੱਥੇ ਘੋੜੇ, ਸ਼ੇਰ, ਦੇਵੀ ਦੇਵਤੇ, ਸਿੰਘ ਸ਼ਹੀਦ ਆਦਿ ਹਰ ਤਰ੍ਹਾਂ ਦੇ ਬੁੱਤ ਫਾਈਬਰ ਗਲਾਸ ਵਿੱਚ ਤਿਆਰ ਕੀਤੇ ਜਾਂਦੇ ਨੇ। ਗੁਰੂ ਨਾਨਕ ਆਰਟ ਪੰਜਾਬ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਬ੍ਰਾਂਡ ਬਣ ਚੁੱਕਾ ਹੈ। ਪੰਜਾਬ ਇੰਡੀਆ ਤੋਂ ਨਹੀਂ ਬਲਕਿ ਫੋਰਨ ਤੋਂ ਵੀ ਗੁਰੂ ਨਾਨਕ ਆਰਟ ਪੰਜਾਬ ਵਿਖੇ ਔਡਰ ਆਉਂਦੇ ਨੇ ਅਤੇ ਗੁਰੂ ਨਾਨਕ ਆਰਟ ਪੰਜਾਬ ਵੱਲੋਂ ਬਹੁਤ ਹੀ ਵੱਧ ਚੜ੍ਹ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ। ਸਾਡੀ ਟੀਮ ਨੇ ਇੱਥੋਂ ਦੇ ਓਨਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਆਰਟ ਪੰਜਾਬ ਬਾਰੇ ਵਿਸਥਾਰ ਨਾਲ ਜਾਣਕਾਰੀ। ਆਓ ਚੱਲਦੇ ਹਾਂ ਗੁਰੂ ਨਾਨਕ ਆਰਟ ਪੰਜਾਬ ਪਿੰਡ ਜਲਾਲ ਦੀਵਾਲ ਰਾਏਕੋਟ ਲੁਧਿਆਣਾ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗੁਰੂ ਨਾਨਕ ਆਰਟਸ, ਇੱਕ ਐਸਾ ਨਾਮ ਜੋ ਇਸ ਨੌਜਵਾਨ ਨੇ ਬਹੁਤ ਹੀ ਮਿਹਨਤ ਦੇ ਨਾਲ, ਲਗਨ ਦੇ ਨਾਲ ਅੱਜ ਇਸ ਮੁਕਾਮ 'ਤੇ ਪਹੁੰਚਾਇਆ ਕਿ ਇਹ ਕੇਵਲ ਪੰਜਾਬ ਹਿੰਦੁਸਤਾਨ ਹੀ ਨਹੀਂ ਬਲਕਿ ਫੋਰਨ ਤੱਕ ਵੀ ਜਿਹੜਾ ਹੈਗਾ ਅਪਰੋਚ ਇਹਨਾਂ ਦੀ ਹੋ ਗਈ ਹੈ। ਹੁਣੇ ਹੁਣੇ ਨਾਸਕ ਲਗਾ ਕੇ ਆਏ ਨੇ। ਅਸੀਂ ਥੋੜ੍ਹੇ ਦਿਨ ਪਹਿਲਾਂ ਛੇ ਕੁ ਮਹੀਨੇ ਪਹਿਲਾਂ ਜਦੋਂ ਅਸੀਂ ਦੇਖਿਆ ਕਿ ਅਸੀਂ ਸੰਗਰੀਏ ਜਾ ਕੇ ਰਾਜਸਥਾਨ 'ਚ ਵੀਰ ਜੀ ਹੋਰਾਂ ਨੇ ਜਿਹੜੇ ਗੁਰਦੁਆਰੇ 'ਚ ਸੇਵਾ ਕਰਾ ਰਹੇ ਸੀਗੇ, ਉੱਥੇ ਅਸੀਂ ਇਹਨਾਂ ਨੂੰ ਮਿਲੇ ਕਿਉਂਕਿ ਇਹਨਾਂ ਨੇ ਇੱਕ ਬਹੁਤ ਹੀ ਕ੍ਰੀਏਟਿਵ ਵੇ ਦੇ ਨਾਲ ਜਿਹੜੇ ਹੈਗੀ ਆ ਇਹ ਸੇਵਾਵਾਂ ਸ਼ੁਰੂ ਕੀਤੀਆਂ। ਔਰ ਅਸੀਂ ਅੱਜ ਤੋਂ ਸਾਲ ਪਹਿਲਾਂ ਇਹਨਾਂ ਨੂੰ ਮਿਲੇ ਸੀਗੇ। ਸਾਲ ਦੇ ਵਿੱਚ ਹੀ ਆਪਾਂ ਦੇਖ ਸਕਦੇ ਹਾਂ ਕਿ ਨਿਆ ਰੂਪ ਜਿਹੜਾ ਬਣੀ ਜਾਂਦਾ ਉਹਨਾਂ ਦੇ ਸਮੇਂ 'ਚ। ਮੈਨੂੰ ਲੱਗਦਾ ਕਿ ਇਹ ਜਗ੍ਹਾ ਘੱਟ ਰਹਿ ਜਾਏਗੀ ਜਦੋਂ ਅਸੀਂ ਅਗਲੀ ਵਾਰੀ ਆਵਾਂਗੇ ਤਾਂ ਸ਼ਾਇਦ, ਮਗਰ ਜਗ੍ਹਾ ਇਹਨਾਂ ਨੂੰ ਹੋਰ ਲੈਣੀ ਪਵੇ। ਵੀਰ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੁਰੂ ਨਾਨਕ ਆਰਟਸ ਜਿਹੜਾ ਇੱਕ ਕ੍ਰੀਏਸ਼ਨ ਬਣ ਚੁੱਕਿਆ, ਔਰ ਕਿਵੇਂ ਤੁਸੀਂ, ਅਸੀਂ ਜਦੋਂ ਤੁਹਾਨੂੰ ਸੰਗਰੀਏ ਮਿਲੇ ਰਾਜਸਥਾਨ 'ਚ, ਔਰ ਥੋੜ੍ਹੇ ਦਿਨ ਪਹਿਲਾਂ ਜਦੋਂ ਤੁਸੀਂ ਦੱਸਿਆ ਕਿ ਅਸੀਂ ਨਾਸਕ ਗਏ ਹੋਏ ਹਾਂ, ਕਿਵੇਂ ਲੋਕ ਅਪਰੋਚ ਕਰ ਰਹੇ ਨੇ ਔਰ ਕਿਵੇਂ ਤੁਸੀਂ ਨਵੀਆਂ ਨਵੀਆਂ ਹੋਰ ਚੀਜ਼ਾਂ, ਕਿਉਂਕਿ ਜਿਹੜੀ ਚੀਜ਼ ਤੁਸੀਂ ਬਣਾ ਦਿੰਦੇ ਹੋ ਇੱਕ ਵਾਰੀ ਉਹਦੇ 'ਚ ਨਵੀਂ ਕ੍ਰੀਏਸ਼ਨ ਹੋਰ ਕਰ ਦਿੰਦੇ ਹੋ, ਔਰ ਹੁਣ ਕੀ ਅੱਜ ਕੱਲ੍ਹ ਬਣ ਰਿਹਾ ਹੈਗਾ ਔਰ ਕੀ ਕਹਿਣਾ ਚਾਹੋਗੇ? ਇਹ ਆਪਣੇ ਕੋਲ ਜੀ ਗੁਰਦੁਆਰਾ ਸਾਹਿਬ ਜੀ ਦੇ ਗੁੰਮਦ ਸਾਹਿਬ ਦਾ ਜ਼ਿਆਦਾਤਰ ਕੰਮ ਹੁੰਦਾ ਆਪਣੇ ਕੋਲ। ਪਾਲਕੀ ਸਾਹਿਬ ਤਿਆਰ ਕਰਦੇ ਹਾਂ, ਗੁਰੂ ਸਾਹਿਬ ਵਾਲੀ ਪਾਲਕੀ ਸਾਹਿਬ ਵੀ ਬਣਦੀਆਂ ਨੇ, ਅਤੇ ਜ਼ਿਆਦਾਤਰ ਯਾਨੀ ਕਿ ਗੁੰਮਦ ਸਾਹਿਬ ਦਾ ਕੰਮ ਆਪਣੇ ਕੋਲ ਪਾਲਕੀ ਸਾਹਿਬ, ਅਤੇ ਹੋਰ ਜਿਵੇਂ ਸਟੈਚੂ ਵਗੈਰਾ, ਮੋਰ ਹੋ ਗਏ, ਬਾਜ ਹੋ ਗਏ, ਮੂਰਤੀਆਂ ਵਗੈਰਾ ਜੋ ਵੀ ਬਣਦੀਆਂ, ਸਿੰਘਾਂ ਦੀਆਂ ਮੂਰਤੀਆਂ ਬਣਦੀਆਂ ਨੇ, ਇਹ ਸਾਰੀਆਂ ਯਾਨੀ ਕਿ ਆਪਾਂ ਤਿਆਰ ਕਰਦੇ ਹਾਂ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਇਹ ਕ੍ਰਿਸ਼ਨ ਤੁਹਾਡੀ ਆਪਦੀ ਹੈ, ਤੁਸੀਂ ਆਪ ਵਿੱਚ ਇੰਟੈਂਗਲ ਹੁੰਦੇ ਹੋ, ਆਪ ਚੀਜ਼ਾਂ ਖਰੀਦਦੇ ਹੋ, ਆਪ ਨਾਲ ਅਟੈਚ ਹੁੰਦੇ ਹੋ, ਆਪ ਆਪਣੀ ਲੇਬਰ ਨੂੰ ਨਾਲ ਜਿਹੜਾ ਹੈਗਾ ਅਟੈਚ ਕਰਕੇ ਇੱਕ ਇੱਕ ਰੰਗ, ਜਿੱਦਾਂ ਹੁਣ ਅਸੀਂ ਦੇਖਿਆ ਕਿ ਉਹ ਰੰਗ ਲੈ ਕੇ ਆਇਆ ਮੋਰ 'ਚ ਭਰਨ ਦੇ ਲਈ, ਤੁਸੀਂ ਕਿਹਾ ਨਹੀਂ ਇਹ ਤੋਂ ਇੱਦਾਂ ਲਾਈਟ, ਮਤਲਬ ਆਪਦੀ ਕੰਸਨਟ੍ਰੇਸ਼ਨ ਮਾਇੰਡ ਦੀ ਜਿਹੜੀ ਹੈਗੀ ਆ ਉਹ ਨਾਲ ਹੁੰਦੀ ਹੈ। ਇਹੀ ਕਾਰਨ ਆ ਕਿ ਜਿੱਥੇ ਤੁਸੀਂ ਜਾ ਵੜਦੇ ਹੋ ਉੱਥੇ ਫਿਰ ਮੁੜ ਕੇ ਦੋ ਦੋ ਚਾਰ ਚਾਰ ਔਡਰ ਮਗਰ ਹੀ ਆਈ ਜਾਂਦੇ ਆ। ਹਾਂਜੀ, ਇਹ ਗੱਲ ਸਹੀ ਹੈ ਇਹ, ਕਿਉਂਕਿ ਜ਼ਿਆਦਾਤਰ ਅਸੀਂ ਆਪ ਕੰਮ ਕਰਦੇ ਹਾਂ, ਦੋ ਤਾਂ ਅਸੀਂ ਭਾਈਵੀ ਹਾਂ, ਇੱਕ ਮੇਰੇ ਡੈਡੀ ਜੀ ਨਾਲ ਕੰਮ ਕਰਦੇ ਨੇ, ਅਤੇ ਜ਼ਿਆਦਾਤਰ ਅਸੀਂ ਆਪ ਕੰਮ ਕਰੀਦਾ ਕਿਉਂਕਿ ਜਿੱਥੇ ਹੁਣ ਜਿਵੇਂ ਅਸੀਂ ਨਾਸਿਕ ਦੇ ਵਿੱਚ ਲਾ ਕੇ ਆਏ ਹਾਂ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸਾਡਾ ਕੰਮ, ਅਤੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਮਤਲਬ ਹੋਰ ਗੁਰੂ ਘਰ 'ਚ ਹੋਰ ਕੰਮ ਕਰਨਾ ਵਾ ਜਿਹੜਾ ਉਹ ਵੀ ਕਰਵਾਉਣਾ ਵਾ, ਹੁਣ ਮਗਰ ਹੀ ਉਹ ਆਰਡਰ ਉਹਨਾਂ ਨੇ ਆਪਾਂ ਨੂੰ ਦੇਣਾ ਵਾ, ਕਿਉਂਕਿ ਕੰਮ ਜੀ ਇੱਦਾਂ ਵਾ ਆਪਾਂ ਜਿੰਨਾ ਕੰਮ ਕਰੀਦਾ ਯਾਨੀ ਕਿ ਲਗਨ ਦੇ ਨਾਲ ਕਰੀਦਾ ਕੰਮ, ਆਪਾਂ ਜਿੰਨਾ ਕੁ ਵੀ ਕਰੀਏ ਚਾਹੇ ਥੋੜ੍ਹਾ ਕਰੀਏ, ਹੈ ਨਾ, ਵੀ ਕੰਮ ਆਪਾਂ ਹਰੇਕ ਅਗਲੇ ਨੂੰ ਵੀ ਇਹੀ ਕਹੀਦਾ ਵਾ ਕੰਮ ਥੋੜ੍ਹਾ ਕਰੋ ਚਾਹੇ ਥੋੜ੍ਹਾ ਜਿਹਾ ਪਰ ਵਧੀਆ ਕਰਨਾ ਚਾਹੀਦਾ ਕੰਮ ਆਪਾਂ ਨੂੰ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਬਹੁਤ ਘਾਲਣਾ ਘਾਲੀਆਂ, ਬਹੁਤ ਮਿਹਨਤਾਂ ਕੀਤੀਆਂ, ਔਰ ਹੁਣ ਉੱਧਰ ਤਾਂ ਗੁਰੂ ਦੇ ਲੜ ਲੱਗ ਗਏ, ਵਾਹਿਗੁਰੂ ਜੀ ਦੀ ਕਿਰਪਾ ਹੋ ਗਈ, ਜਦੋਂ ਲਾਸਟ ਟਾਈਮ ਅਸੀਂ ਮਿਲੇ ਸੀਗੇ ਉਦੋਂ ਅੰਮ੍ਰਿਤ ਨਹੀਂ ਛਕਿਆ ਸੀ ਤੁਹਾਡਾ, ਔਰ ਗੁਰੂ ਨੇ ਵੀ ਕਿਰਪਾ ਕਰਤੀ ਹੈ, ਔਰ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ ਹੈਗਾ, ਵਿਸਾਖੀ ਦਾ ਪਵਿੱਤਰ ਤਿਉਹਾਰ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਸਾਰਿਆਂ ਨੂੰ ਵੱਡੀ ਮਿਹਰ ਤਾਂ ਬਾਬਾ ਜੀ ਨੇ ਮੇਰੇ 'ਤੇ ਇਹੀ ਕੀਤੀ ਹੈ, ਕਿਉਂਕਿ ਇੱਦਾਂ ਸੀਗਾ ਪਹਿਲਾਂ ਜਦੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਲ ਵੀ ਕੱਟੇ ਹੋਏ ਸੀਗੇ ਵੀਰੇ, ਅਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਦੀ ਕਿਰਪਾ ਹੋਈ ਵਾਲ ਰੱਖੇ, ਅਤੇ ਹੁਣ ਚੰਗੀ ਤਰ੍ਹਾਂ ਯਾਨੀ ਕਿ ਗੁਰੂ ਦੇ ਲੜ ਲੱਗ ਗਏ ਆਪਾਂ, ਯਾਨੀ ਕਿ ਆਪਾਂ ਤਾਂ ਇਹ ਕਹਿੰਦੇ ਹਾਂ ਵੀ ਹਰੇਕ ਨੂੰ ਯਾਨੀ ਕਿ ਲੱਗਣਾ ਚਾਹੀਦਾ ਇਹ ਚੀਜ਼ ਦਾ, ਜਦੋਂ ਦੇ ਗੁਰੂ ਦੇ ਲੜ ਲੱਗਿਆ ਵੀ ਬਹੁਤ ਯਾਨੀ ਕਿ ਮਨ ਨੂੰ ਵੀ ਬਹੁਤ ਸਕੂਨ ਮਿਲਿਆ ਹੋਇਆ ਵਾ, ਯਾਨੀ ਕੰਮ ਦਾ ਨਹੀਂ ਹੁਣ ਹੈਗਾ, ਕੰਮ ਚਾਹੇ ਘੱਟ ਚੱਲੇ ਚਾਹੇ ਵੱਧ ਚੱਲੇ, ਯਾਨੀ ਕਿ ਇਹ ਆ ਮੇਨ ਯਾਨੀ ਕਿ ਦੌਲਤ ਇਹ ਮਿਲ ਗਈ ਆ ਵੀ ਆਪਾਂ ਗੁਰੂ ਦੇ ਲੜ ਲੱਗ ਗਏ, ਇਹ ਬਹੁਤ ਵੱਡੀ ਮੇਰੇ ਹਿਸਾਬ ਨਾਲ ਬਹੁਤ ਵੱਡੀ ਦੌਲਤ ਮਿਲੀ ਹੈ ਮੈਨੂੰ। ਵੀਰ ਜੀ, ਕੀ ਕਹਿਣਾ ਚਾਹੋਗੇ ਜਦੋਂ ਗੁਰੂ ਦੇ ਲੜ ਲੱਗੇ ਆ, ਜਿਵੇਂ ਪਹਿਲਾਂ ਤੁਹਾਡੇ ਓਵਰਲੈਪਿੰਗ ਹੁੰਦੀ ਸੀ ਦਿਮਾਗ 'ਤੇ ਵੀ ਆਹ ਵੀ ਕੰਮ ਕਰਨਾ, ਆਹ ਵੀ ਕਰਨਾ, ਆਹ ਕਿਵੇਂ ਹੋਊ, ਆਹ ਕਿਵੇਂ ਹੋਊ, ਕੀ ਕਹਿਣਾ ਚਾਹੋਗੇ ਕਿ ਗੁਰੂ ਸਮਰੱਥ ਹੈ, ਉਹ ਹਰੇਕ ਗੱਲ ਜਿਸ ਦਿਨ ਦਾ ਤੁਸੀਂ ਅੰਮ੍ਰਿਤ ਸੰਚਾਰ ਕੀਤਾ ਹੈਗਾ ਉਸ ਦਿਨ ਦੇ ਆਪਣੇ ਆਪ ਹੀ ਵਾਹਿਗੁਰੂ ਜਿਹੜਾ ਟੈਨਸ਼ਨਾਂ ਨੂੰ ਮੋਟਾਈ, ਲੋਕ ਵੀ ਕਹੀ ਜਾਂਦੇ ਵੀ ਕੀ ਗੱਲ ਬਈ ਤੂੰ ਤਾਂ ਬੜਾ ਘਬਰਾਇਆ ਰਹਿੰਦਾ ਹੁੰਦਾ ਸੀਗਾ, ਬੜਾ ਤੇਰੀ ਦਿਮਾਗ ਦੀ ਓਵਰਲੈਪਿੰਗ ਸੀਗੀ, ਹੁਣ ਕਿਵੇਂ ਸੈਟਿੰਗ ਹੋ ਗਈ? ਨਹੀਂ, ਇਹ ਗੱਲ ਸਹੀ ਹੈ ਜੀ,
ਪਹਿਲਾਂ ਜਦੋਂ ਕੰਮ ਕਰਦੇ ਸੀ ਨਾ ਪਹਿਲਾਂ ਤੇ ਹੁਣ ਦਾ ਬਹੁਤ ਫਰਕ ਆ। ਪਹਿਲਾਂ ਇੱਕ ਗੱਲ ਹੋਰ ਵੀ ਤੁਹਾਨੂੰ ਮੈਂ ਦੱਸਦਾ ਵਾਂ, ਇਹ ਜਦੋਂ ਆਪਾਂ ਕੰਮ ਕਿਤੇ ਕਰਨ ਜਾਂਦੇ ਆ ਨਾ ਇਹ ਚੀਜ਼ ਨਾਲ ਆਪਾਂ ਨੂੰ ਆਦਰ ਮਾਣ ਵੀ ਬਹੁਤ ਮਿਲਦਾ ਵਾ ਅੱਗੇ ਜਾ ਕੇ। ਪਹਿਲਾਂ ਜੋ ਕੰਮ ਕਰਦੇ ਸੀਗੇ ਪਹਿਲਾਂ ਐਵੇਂ ਮਤਲਬ ਹੋਰ ਵੀ ਕੰਮ ਕਰਦੇ ਰਹਿੰਦੇ ਸੀਗੇ, ਟੈਨਸ਼ਨਾਂ ਰਹਿੰਦੀਆਂ ਸੀਗੀਆਂ ਮਨ 'ਤੇ, ਪਰ ਹੁਣ ਇੱਦਾਂ ਵਾ ਜਿੰਨਾ ਕੁ ਵੀ ਕੰਮ ਕਰੀਦਾ ਚਾਹੇ ਥੋੜ੍ਹਾ ਕਰੀਏ ਚਾਹੇ ਬਹੁਤਾ ਕਰੀਏ, ਪਰ ਹੁਣ ਕੋਈ ਦਿਮਾਗ 'ਤੇ ਟੈਨਸ਼ਨ ਨਹੀਂ ਹੈਗੀ ਆਪਣੇ। ਪਰ ਜਿੰਨਾ ਕੁ ਵੀ ਚੱਲ ਰਿਹਾ ਬਾਬਾ ਜੀ ਦੀ ਕਿਰਪਾ ਨਾਲ, ਇਹ ਔਡਰ ਟੂ ਔਡਰ ਹੀ ਆਪਣੇ ਕੋਲ ਬਾਬਾ ਦੀ ਕਿਰਪਾ ਨਾਲ। ਹੁਣ ਇੰਗਲੈਂਡ ਦੇ ਵਿੱਚੋਂ ਇੱਕ ਕੰਮ ਆ ਰਿਹਾ ਵਾ ਅਤੇ ਹੋਰ ਬਾਹਰਲੇ ਕੰਮ ਹੁਣ ਪਹਿਲਾਂ ਸ਼ੁਰੂ ਨਹੀਂ ਕੀਤੇ ਸੀਗੇ, ਹੁਣ ਯਾਨੀ ਕਿ ਆਪਾਂ ਸ਼ੁਰੂ ਕਰੇ ਨੇ। ਪਹਿਲਾਂ ਸਾਡੇ ਇੰਡੀਆ ਦੇ ਵਿੱਚ ਹੀ ਇੱਥੇ ਕੰਮ ਮਤਲਬ ਬਹੁਤ ਮੁੱਕਦੇ ਨਹੀਂ ਹੁੰਦੇ ਸੀ, ਆਪਾਂ ਨੂੰ ਔਡਰ ਬਾਈ ਔਡਰ ਚੱਲੀ ਜਾਂਦੇ ਸੀ। ਆਹ ਹੁਣ ਗੁੰਮਤ ਸਾਹਿਬ ਲਗਾ ਕੇ ਆਉਣਾ 10 ਤਰੀਕ ਨੂੰ, ਪਾਲਕੀ ਸਾਹਿਬ ਫਿੱਟ ਕਰਨੀਆਂ, ਇਹ ਮੋਰ ਨੇ, ਇਹ ਮੋਰ ਦਾ ਕੰਮ ਸਾਡਾ ਇੱਦਾਂ ਚੱਲੀ ਜਾਂਦਾ ਵਾ। ਬਹੁਤ ਬਾਬੇ ਦੀ ਕਿਰਪਾ, ਬਹੁਤ ਵਧੀਆ ਯਾਨੀ ਕਿ ਐਵੇਂ ਕਹੀਏ ਔਕਾਤ ਨੂੰ ਵੱਧ ਦਿੱਤਾ ਵਾ ਰੱਬ ਦਾ, ਅਤੇ ਬਹੁਤ ਵਧੀਆ। ਹਰੇਕ ਨੂੰ ਆਪਾਂ ਇਹੀ ਗੱਲ ਕਹਿੰਦੇ ਹਾਂ ਵੀ ਗੁਰੂ ਦੇ ਲੜ ਲੱਗੋਗੇ ਤਾਂ ਇਹ ਤੁਹਾਡਾ ਪਾਰਨਕਾਰ ਕਰਨ ਵਾਲਾ ਆਪ ਹੀ ਬੈਠਾ ਵਾ। ਵੀ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਮਟੀਰੀਅਲ ਪਹਿਲਾਂ ਤੁਸੀਂ ਥੋੜ੍ਹਾ ਲੈਂਦੇ ਸੀਗੇ, ਰੇਟਸ ਆ ਜਿਹੜੇ ਥੋੜ੍ਹੇ ਜਿਹੇ ਹੋਰ ਵੱਧ ਮਿਲਦੇ ਸੀਗੇ, ਹੌਲੀ ਹੌਲੀ ਹੁਣ ਤੁਸੀਂ ਬਲਕ 'ਚ ਮਟੀਰੀਅਲ ਲੈਣ ਲੱਗ ਗਏ ਆ, ਹੋਰ ਮਟੀਰੀਅਲ ਜਿਹੜਾ ਹੈਗਾ ਇਕੱਠਾ ਲੈਣ ਲੱਗ ਗਏ, ਚੀਜ਼ਾਂ ਇਕੱਠੀਆਂ ਲੈਣ ਲੱਗ ਗਏ, ਔਰ ਲੇਬਰ ਜਿਹੜੀ ਹੈਗੀ ਆ ਉਹ ਵੀ ਪਹਿਲਾਂ ਮਤਲਬ ਘੱਟ ਸੀਗੀ, ਲੇਬਰ ਵੀ ਵਧਾ ਲਈ ਹੈਗੀ ਆ। ਕੀ ਕਹਿਣਾ ਚਾਹੋ, ਕਿਉਂਕਿ ਹੌਲੀ ਹੌਲੀ ਹਰ ਇੱਕ ਚੀਜ਼ ਜਿਹੜੀ ਮੇਨਟੇਨ ਹੋਈ ਜਾਂਦੀ ਆ, ਔਰ ਰੇਟਸ ਜਿਹੜੇ ਗ੍ਰਾਹਕਾਂ ਨੂੰ ਉਹ ਵੀ ਬੜੇ ਕੰਪੀਟੀਟਿਵ ਦੇ ਰਹੇ ਹੋ ਤੁਸੀਂ, ਕਿਉਂਕਿ ਬਹੁਤ ਵੱਡੀ ਮਾਰਕੀਟ ਹੈਗੀ ਹੈ ਇਹਦੀ, ਕੋਈ ਛੋਟੀ ਮਾਰਕੀਟ ਨਹੀਂ ਹੈ ਇਸ ਜਿਹੜੀ ਆਰਟਸ ਵਾਲੇ ਬੰਦਿਆਂ ਦੀ ਵੀ, ਪਰ ਉਹਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਪੂਰਾ ਕੰਪੀਟੀਟਿਵ ਰੇਟ ਦੇ ਕੇ ਲੋਕਾਂ ਨੂੰ ਨਾਲ ਜੋੜ ਰਹੇ ਹੋ। ਹਾਂਜੀ, ਇਹ ਗੱਲ ਸਹੀ ਆ, ਕਿਉਂਕਿ ਆਪਣੇ ਨਾ ਰੇਟ ਬਹੁਤ ਜਾਇਜ਼ ਕਰਦੇ ਹਾਂ ਆਪਾਂ ਕੰਮ, ਜਿੰਨਾ ਕੁ ਵੀ ਕੰਮ ਕਰਦੇ ਹਾਂ ਕੰਮ ਇੱਕ ਨੰਬਰ ਕਰਦੇ ਹਾਂ, ਫੁੱਲ ਗਰੰਟੀ ਲੈ ਕੇ ਕਰਦੇ ਹਾਂ ਕੰਮ। ਅਤੇ ਪਹਿਲਾਂ ਯਾਨੀ ਕਿ ਇੱਦਾਂ ਹੀ ਸੀਗਾ, ਪਹਿਲਾਂ ਤਾਂ ਇਕੱਲੇ ਨਹੀਂ ਕੰਮ ਸ਼ੁਰੂ ਕਰਿਆ ਸੀ, ਹੌਲੀ ਹੌਲੀ ਬਾਬਾ ਜੀ ਦੀ ਕਿਰਪਾ ਹੋਣ ਲੱਗੀ ਅਤੇ ਫਿਰ 2 ਹੋ ਗਏ, 4 ਹੋ ਗਏ, 6 ਹੋ ਗਏ, ਕਈ ਵਾਰ ਹੁਣ 10-10 ਬੰਦੇ ਵੀ ਇੱਦਾਂ ਹੋ ਜਾਂਦੇ ਆ। ਕਿਉਂਕਿ ਜਦੋਂ ਕੰਮ ਦੀ ਹੋ ਜਾਂਦੀ ਆ, ਨਾਈਟ ਵਾਲੇ ਬੰਦੇ ਅਲੱਗ ਰੱਖੇ ਹੁੰਦੇ ਨੇ ਅਤੇ ਡੇ ਵਾਲੇ ਯਾਨੀ ਕਿ ਅਲੱਗ ਕੰਮ ਕਰਦੇ ਹਾਂ ਅਸੀਂ, ਅਸੀਂ ਖੁਦ ਕੰਮ ਕਰਦੇ ਹਾਂ, ਐਵੇਂ ਕਹੀਏ ਮਿਹਨਤ ਬਹੁਤ ਕਰੀ ਆ ਬਾਬਾ ਜੀ ਦੀ ਕਿਰਪਾ ਰਹੀ ਆ, ਅਤੇ ਤਾਂ ਕਰਕੇ ਹੁਣ ਬਾਕੀ ਰੇਟ ਦੇ ਹਿਸਾਬ ਦੇ ਨਾਲ ਲੈ ਕੇ ਚੱਲੀਏ, ਰੇਟ ਦਾ ਬਹੁਤ ਸਾਡਾ ਫਰਕ ਹੁੰਦਾ ਵਾ। ਅਤੇ ਕੰਮ ਫੁੱਲ ਗਰੰਟੀ ਨਾਲ ਕੰਮ ਕਰਦੇ ਹਾਂ, ਯਾਨੀ ਕਿ ਇਹ ਨਹੀਂ ਹੋਊਗਾ ਵੀ ਜਾਂ ਵੀ ਕੋਈ ਕੰਮ ਕਰਤਾ ਵੀ ਉਹਦੀ ਕੋਈ ਪ੍ਰੋਬਲਮ ਆ ਗਈ, ਪ੍ਰੋਬਲਮ ਆਉਂਦੀ ਆ ਤਾਂ ਜੇ ਕੋਈ ਆਪਾਂ ਗਰੰਟੀ ਲੈਂਦੇ ਹਾਂ ਕੰਮ ਦੀ ਫੁੱਲ, ਆਪਾਂ ਦੁਬਾਰੇ ਚੇਂਜ ਕਰਕੇ ਦੇਣਾ ਦੇਵਾਂਗੇ ਚੀਜ਼ ਜੇ ਕੋਈ ਹੋਊਗੀ ਪ੍ਰੋਬਲਮ। ਵੈਸੇ ਕੋਈ ਅੱਜ ਤੱਕ ਪ੍ਰੋਬਲਮ ਇੱਦਾਂ ਦੀ ਆਈ ਨਹੀਂ ਹੈਗੀ ਵੀ ਜਿਹੜੀ ਕੋਈ ਪ੍ਰੋਬਲਮ ਗੁੰਮਤ ਦੇ ਵਿੱਚ ਜਾਂ ਪਾਲਕੀ ਸਾਹਿਬ ਦੇ ਵਿੱਚ ਆ ਗਈ ਹੋਵੇ। ਵੈਸੇ ਜਿੰਨਾ ਕੁ ਵੀ ਯਾਨੀ ਕਿ ਮਟੀਰੀਅਲ ਦਾ ਕੰਮ ਕਰੀਦਾ ਉਹ ਵੀ ਯਾਨੀ ਕਿ ਇੱਕ ਨੰਬਰ ਦੇ ਵਿੱਚ ਕਰੀਦਾ ਵਾ। ਪਹਿਲਾਂ ਤਾਂ ਜਿਵੇਂ ਕੰਮ ਸ਼ੁਰੂ ਕੀਤਾ ਸੀਗਾ ਬਹੁਤ ਥੋੜ੍ਹੇ ਮਟੀਰੀਅਲ ਤੋਂ ਸ਼ੁਰੂ ਕੀਤਾ ਸੀ, ਜਿਵੇਂ ਮੰਨ ਕੇ ਚਲੋ 1000 ਦਾ, 2000 ਦਾ ਇੱਦਾਂ। ਹੁਣ ਮੰਨ ਕੇ ਚਲੋ ਸਾਡੇ ਕੋਲ ਇੱਕ ਇੱਕ ਟਾਈਮ ਦਾ ਮਟੀਰੀਅਲ 1.5-2 ਲੱਖ ਰੁਪਏ ਦਾ ਯਾਨੀ ਕਿ ਆਉਂਦਾ ਵਾ ਸਾਡੇ ਕੋਲ ਹੁਣ। ਵੀਰ ਜੀ, ਪਰਮਾਤਮਾ ਕਰੇ, ਇਸ ਤੋਂ ਪਹਿਲਾਂ ਅਸੀਂ ਤੁਹਾਡੇ ਇੰਟਰਵਿਊ ਕੀਤੀਆਂ, ਤੁਸੀਂ ਛੋਟੇ ਜਿਹੇ ਬ੍ਰਾਂਡ ਸੀਗੇ, ਹੁਣ ਵਾਹਿਗੁਰੂ ਨੇ ਹੌਲੀ ਹੌਲੀ ਕਿਰਪਾ ਕਰਤੀ, ਸਭ ਤੋਂ ਵੱਡਾ ਬ੍ਰਾਂਡ ਤਾਂ ਵਾਹਿਗੁਰੂ ਨੇ ਆਪਦਾ ਬੱਚਾ ਬਣਾ ਲਿਆ ਜਿਹੜਾ ਹੈਗਾ, ਸਭ ਤੋਂ ਵੱਡੀ ਗੱਲ ਤਾਂ ਇਸ ਖੁਸ਼ੀ ਹੈ ਸਾਨੂੰ। ਔਰ ਤੁਸੀਂ ਇੱਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ, ਔਰ ਧਾਰਮਿਕ ਸਥਾਨਾਂ ਨਾਲ ਇੱਦਾਂ ਹੀ ਜੁੜੇ ਰਹੋ, ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਵਾਧਾ ਕਰੋ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਵਿਦੇਸ਼ਾਂ ਦੇ ਬੈਠੇ ਪੰਜਾਬੀਆਂ ਦੀ, ਆਪਣੇ ਗੁਰੂ ਨਾਨਕ ਆਰਟ ਪੰਜਾਬ ਕੋਲੋਂ ਆਉਣ ਵਾਲੀ ਵਿਸਾਖੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।